Yeah.
ਮਹਿਲ ਨਾ ਜਾਵੇ ਗੁਪਤ ਰਾਜ
شمال منزل جان ٹھکانہ نہیں چھان سکھیا اپدیش دیکھیا ادھوری اس نے وہ بھی کنفیوز ہویا ہے کھن آگے کھن پیچھے کدھے اگے جاتا ہے جو قدم اگے بنتا ہے پھر کہنے مات منزل نہ ٹھیک اپدیش نہ ہوگی پیچھے مڑ کے دیکھتا ہے دو قدم پیچھے ہٹ جاتا ہے تو جڑا من دو قدم اگے بدھے جڑا من دو قدم اگے بدھے تو دو قدم پیچھے بھی ہٹتا ہے بھلا وہ قدم منزل پہ چڑھتی ہے بہت ضروری ہے منک کا وشواس जिंदी अगवाई मेरे जीवन की मंजिल का आधार है वो कितने अधूरा तो नहीं वो केवल प्रकाश रूप ज्ञान रूप है जे वो अधूरा होगा मेरी मंजिल अधूरी है कंफ्यूज हो जाना था दो कदम अगे बढ़ जाता फिर विश्वास नहीं आएगा दो कदम पीछे हट जाएगा जेड़ा दो कदम ਕੇ ਵਧੇ ਦੋ ਪਿੱਛੇ ਹਟ ਜਾਏ ਉਹ ਕਦੀ ਵੀ ਮੰਜ਼ਿਲ ਨਹੀਂ ਗੁਰੂ ਦਾ ਇੱਕ ਆਵਾਜ਼ ਕਹਿੰਦਾ ਆਹ ਪੁੱਤਰਾ ਪਿੱਛੇ ਨਾ ਹੋ ਆਹ ਪੁੱਤਰਾ ਪਿੱਛਾ ਫੇਰ ਨਾ ਮੋੜਦਾ ਜੇ ਤੂੰ ਖਿਣ ਆ ਕੇ ਖਿਣ ਪਿੱਛੇ ਦੀ क्रिया में होने का विश्वास कर मंत्र बहुत दूर रह जाएगी जीवन अधूरा रह जाएगा तो अधूरा जीवन इस गल का प्रतीक होएगा कि तेनू अगवाई नहीं असला सामने सामने आया गुरु आख रहे हैं पूरे गुरु का सो उपदेश पूरे गुरु की पूरी देखी ਕਥਾ ਦੇ ਦਰਮਿਆਨ ਵਿਚਾਰਾਂ ਦੇ ਦਰਮਿਆਨ ਵਾਰ ਵਾਰ ਆਖਦੇ ਹਾਂ ਕਿ ਮੇਰਾ ਗੁਰੂ ਪੂਰਾ ਹੈ ਸਾਧੂ ਪੂਰਾ ਮੇਰੇ ਨਾਲ ਉਹ ਮੇਰੇ ਤੋਂ ਵੱਖ ਨਹੀਂ ਰੋਜ਼ ਪਾਉਂਦੇ ਅੱਗੇ ਸਿਰ ਚੁਕਾਉਂਦੇ ਰੋਜ਼ ਉਹਦੀ ਉੱਪਰ ਕਰਮਾ ਕਰਨਾ ਰੋਜ਼ ਉਹਦੇ ਹੁਕਮ ਨਾਮੇ ਸੁਣਨਾ ਸੱਚੀ ਕਰਨਾ ਚਾਹੁੰਦਾ ਪੁੱਛਣਾ ਨਹੀਂ ਚਾਹਤਾ ਹੋ ਕੇ ਆਖ ਸਾਡਾ ਗੁਰੂ ਕੌਣ ਹੈ ਸਾਡਾ ਗੁਰੂ ਕਹਿੰਦੇ ਜੇ ਮੈਂ ਸਾਡੇ ਤੋਂ ਕੋਈ ਸਵਾਲ ਕਰ ਗੁਰੂ ਦੀਆਂ ਗੱਲਾਂ ਕਰਨ ਵਾਲਿਆ ਬਹੁਤ ਦਿਲ ਹੋਈ ਮੈਂ ਇੱਕ ਵਾਰ ਇੱਥੇ ਵੀ ਇਗਜ਼ਾਮਪਲ ਹੋਈ ਸੀ ਕਿ ਜਦੋਂ ਸ੍ਰੀ ਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ 300 ਸਾਲ ਦਾ ਪੁਰਬ ਮਨਾਇਆ ਉਦੋਂ ਇੱਕ ਚਾਰਾ ਬੜਾ ਬੁਲੰਦ ਹੋ ਗਿਆ ਸੀ ਬੜੇ ਬੈਟਰ ਬਣ ਗਏ ਸਨ ਹਰ ਥਾਂ ਤੇ ਜਿੱਥੇ ਜਿੱਥੇ ਵੀ ਕੋਈ ਨਗਰ ਕੀਰਤਨ ਨਿਕਲਦਾ ਸੀ ਕੋਈ ਇਕੱਠ ਹੁੰਦਾ ਸੀ ਉੱਥੇ ਸਿੱਖ ਨੂੰ ਇਹ ਗੱਲ ਬੜੀ ਚੰਗੀ ਲੱਗੀ ਸੀ ਤੇ ਇਹ ਪ੍ਰਚਾਰ ਵਿੱਚ ਵੀ ਬੜੀ ਆਈ ਸਿੱਖ ਕਹਿਣ ਲੱਗ ਪਏ 300 ਸਾਲ ਗੁਰੂ ਦੇ ਨਾਲ ਬੜਾ ਨਾਰਾ ਇਸ਼ਤਿਹਾਰਾਂ ਵਿੱਚ ਮੈਂ ਉਹਦਾ ਵੀ ਇੱਕ ਸਵਾਲ ਖੜਾ ਕੀਤਾ ਸੀ ਦੋ ਆਦਮੀ ਪੁਰਾਣੇ
আমরা সঙ্গে আমরা সফরকালে যদো কদি আপনি স্টেশন থেকে উত্তীর্ণ হবে এক খুঁজে না কই বার কার্ড মিটা দিতে অ্যাড্রেস মিটা দিতে কোন ইনভাইট কর দিতে যদো মেরে শহর Sí,
ਤੇ ਅਗਲਾ ਸਵਾਲ ਖੜਾ ਹੋਏਗਾ ਕਿ ਤੈਨੂੰ ਆਪਣੇ ਗੁਰੂ ਤੇ ਵਿਸ਼ਵਾਸ ਹੈ ਕਿ ਉਹ ਗੁਰੂ ਪੂਰਾ ਆ ਸਭ ਤੋਂ ਵੱਡਾ ਦੁਖਾਂ ਮੱਥਾ ਟੇਕੀ ਜਾਂਦਾ ਨਮਸਕਾਰ ਕਰੀ ਜਾਂਦਾ ਪਰ ਦਿਨ ਵਿਸ਼ਵਾਸਤਾ ਦਾ ਕੋਈ ਕਮੀ ਨਹੀਂ ਮੇਰੇ ਗੁਰੂ ਵਿੱਚ ਮੈਂ ਕਿਸੇ ਹੋਰ ਕੋਲੋਂ ਤਾਂ ਪੁੱਛਾਂ ਮੈਂ ਅਸਲੀ ਦੀ ਸੀ ਜਦੋਂ ਕਿਸੇ ਕੋਲੋਂ ਪੁੱਛਣ ਲੱਗਿਆ ਮਨ ਮੰਤਰੀ ਖਿਆਲ ਆ ਜਾਵੇ ਨਹੀਂ ਕਨਫਿਊਜ਼ ਹੈ ਉਦੋਂ ਦੂਜੇ ਕੋਲ ਪੁੱਛਣ ਜੇ ਉੱਥੇ ਵੀ ਮਨ ਦੀ ਤਸੱਲੀ ਨਾ ਹੋਵੇ ਫਿਰ ਤੀਜੇ ਕੋਲ ਪੁੱਛਣ ਇੱਕ ਤੋਂ ਵੱਧ ਪੁੱਛਣ ਦਾ ਮਤਲਬ ਹੈ ਕਿ ਪਹਿਲੇ ਤੇ ਵਿਸ਼ਵਾਸ ਨਹੀਂ ਮਨ ਦੇ ਫੈਸਲੇ ਨਾਲ ਦੱਸਿਓ ਸਾਡਾ ਗੁਰੂ ਕਿਹੜਾ ਕਿ ਸਾਨੂੰ ਆਪਣੇ ਗੁਰੂ ਤੇ ਵਿਸ਼ਵਾਸ ਹੈ ਕਿ ਪੂਰੇ ਗੁਰ ਕੀ ਪੂਰੀ ਦਿਖਿਆ ਕਿ ਸਾਨੂੰ ਇਹ ਵਿਸ਼ਵਾਸ ਹੈ ਕਿ ਪੂਰੇ ਗੁਰ ਕਾ ਸਾਨੂੰ ਉਪਦੇਸ਼ ਸਾਨੂੰ ਇਸ ਗੱਲ ਤੇ ਸਿੱਧਕ ਹੈ ਕਿ ਪੂਰੇ ਗੁਰ ਕੀ ਸਾਚੀ ਬਾਣੀ ਹੈ ਅਸੀਂ ਤਾਂ ਕਨਫਿਊਜ਼ ਹੋ ਪੈ ਗਏ ਕੁਛ ਲੋਕ ਐਸੇ ਵੀ ਪੈਦਾ ਹੋ ਗਏ ਜਿਹੜੇ ਆਖਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਆਹ ਕੁਝ ਕਰ ਸਕਦਾ ਹੈ ਆਹ ਨਹੀਂ ਕਰ ਸਕਦਾ ਇਹਦਾ ਮਤਲਬ ਦੂਰ ਹੈ ਉਹ ਸੰਤ ਬਣਾ ਸਕਦਾ ਹੈ ਸਿਪਾਹੀ ਨਹੀਂ ਬਣਾ ਸਕਦਾ ਕਹਿੰਦੇ ਨੇ ਉਹ ਸੰਤ ਬਣਾ ਸਕਦਾ ਹੈ ਸਿਪਾਹੀ ਨਹੀਂ ਬਣਾ ਸਕਦਾ ਕਿੰਨੀ ਠੀਕ ਗੱਲ ਹੈ ਜਿਹੜੇ ਆਪਣੇ ਆਪ ਨੂੰ ਕੇਵਲ ਸੰਤ ਲਿਖਦੇ ਨੇ ਸੰਤ ਸਿਪਾਹੀ ਨਹੀਂ ਲਿਖਦੇ ਕੇਵਲ ਸੰਤ ਲਿਖਦੇ ਉਹਨਾਂ ਨੇ ਕਦੇ ਮਨ ਅੰਦਰ ਇਹ ਲਾਲਸਾ ਵੀ ਨਹੀਂ ਆਖੀ ਰੱਖੀ ਕਿ ਅਸੀਂ ਸਿਪਾਹੀ ਬਣੀਏ ਉਹ ਸੰਤ ਬਣਨ ਵਿੱਚ ਹੀ ਆਪਣੇ ਆਪ ਦੇ ਬੜਾ ਫਖਰ ਗੌਰਵ ਸਮਝਦੇ ਨੇ ਉਹ ਲੋਕ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਛੱਡ ਕੇ ਇੰਨਾ ਹੀ ਮੰਨ ਲਓ ਵੀ ਸੰਤ ਬਣਾ ਸਕਦਾ ਫਿਰ ਤੇ ਇੱਥੇ ਟਿੱਕ ਜਾਓ ਪਰ ਆਖਦੇ ਵੀ ਸੰਤ ਬਣਾ ਸਕਦਾ ਸਿਪਾਹੀ ਨਹੀਂ ਬਣਾ ਸਕਦਾ ਇਹਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਇੱਕ ਉਂਗਲ ਉਠਾਈ ਜਾ ਰਹੀ ਹੈ ਇੱਕ ਸ਼ੰਕਾ ਪੈਦਾ ਕੀਤਾ ਜਾ ਰਿਹਾ ਹੈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਧੂਰਾ ਕੁਝ ਕਰ ਸਕਦਾ ਕੁਝ ਨਹੀਂ ਕਰ ਸਕਦਾ ਪੂਰੇ ਤੱਕ ਹੀ ਆ ਸਭ ਕੁਝ ਪੂਰਾ ਦੀ ਗੱਲ ਲਾਗੂ ਨਹੀਂ ਸਾਡੇ ਤੱਕ ਪਹੁੰਚ ਗਈ ਮੈਂ ਪੁੱਛਣਾ ਚਾਹੁੰਦਾ ਅਸੀਂ ਉਹਨਾਂ ਲਈ ਕੀ ਸੋਚ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੀ ਵਿਰਾਸਤ ਪੂਰੀ ਨਹੀਂ ਕਰ ਸਕਦਾ ਜੇ ਦੂਜਾ ਕੋਈ ਇਹਨਾਂ ਵਿੱਚ ਬੋਲੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਰਾਸਤ ਅਧੂਰੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੀ ਅਰਦਾਸ ਪੂਰੀ ਨਹੀਂ ਕਰ ਸਕਦਾ ਦੂਜਾ ਨਾ ਬੋਲੇ ਤਾਂ ਸਾਡੀ ਅਰਦਾਸ ਅਧੂਰੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਅੰਮ੍ਰਿਤ ਤਿਆਰ ਨਹੀਂ ਕਰ ਸਕਦਾ ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫੈਸਲਾ ਦਿਨ ਕਹਿੰਦੇ ਅੰਮ੍ਰਿਤ ਬਚਨ ਸਾਡਾ ਗੁਰੂ ਨਾ ਮਿਲੇ
ਤੁਹਾਡਾ ਬਰੂਦਰ ਹੈ ਰਸ ਕੰਪਲੀਟ ਨਹੀਂ ਕਰ ਸਕਦਾ ਜੇ ਸਾਡਾ ਗੁਰੂ ਨਾ ਹੋਵੇ। ਤੁਹਾਡਾ ਬਰੂਦਰ ਅਰਦਾਸ ਪੂਰੀ ਨਹੀਂ ਕਰ ਸਕਦਾ ਜੇ ਸਾਡਾ ਗੁਰੂ ਨਾ ਹੋਵੇ। ਉਹ ਭਲੇ ਸਾਨੂੰ ਸੋਚਣਾ ਪੈ ਗੁਰੂ ਪੂਰਾ ਬਸ ਇਸ ਤੋਂ ਜ਼ਿਆਦਾ ਹੋਰ ਲੋੜ ਨੇ
फिर फैसले करियो मेरे आखिर में हो, फिर फैसले करियो कि दृढ़ता न कर, डर के नहीं, डर के नहीं। तूफान के पत्र रहे हैं कि मनुख डर रहे हैं फैसले तो कर, तू जानता होया भी डर रहे हैं कि झूठ के सामने झुक रहे हैं, झूठ के सामने झुक के सच के पैरोकार नहीं बन सकती। सच तो पर जानी है जाने दे सच्चा हो की मालूम है तन करी अच्छा हो। सच तो पर जानी है जब सच धरे प्यार ना सुन मन रहसी है पाए मूख द्वार। सच तो पर जानी है जब जुगत जाने जीव, जीवन की जुगत आ जाए जी पूरे गुरु गुरु मिलती है गुरु बख्शिश करे। असं सच की गल करते हैं कभी भी मन अंदर कंबीए ना कमजोर ना। हाँ यह गल वक्री है कि गुरु की अगवाई में श्री ग्रंथ साहब की बाणी की रोशनी में विचार लीए सच की है विचार तो कभी पता नहीं कहता मेरे हाथ पर गुरबाणी की रोशनी सोचो श्री गुरु ग्रंथ साहब पूरा गुरु है जो अधूरा गुरु है ये कौन होंगे ने साढ़े गुरु गुरु पूरे की थान से अधूरा आखन लगे। बस इन चंकी तरह गुरमुखी रोशनी में विचारो फिर फैसला करो इन्होंने रोजाना रुखी मैं जाचे करो। फतेह बुलाओ वाहेगुरु जी का खालसा।